ਠੰਡ ਦਾ ਮੌਸਮ ਹੈ ਤਾਂ ਠੰਡ ਦੇ ਮੌਸਮ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਜਿਹੜੀ ਆ ਉਹ ਵੱਧ ਚੁੱਕੀ ਹੋਈ ਹੈ। ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਮੈਦਾਨੀ ਇਲਾਕਾ ਹੈਗਾ ਤਾਂ ਕਈ ਦਿਨ ਤੋਂ ਜਿਹੜੀ ਹੈ ਸੰਘਣੀ ਧੁੰਦ ਵੀ ਪੈ ਰਹੀ ਹੈਗੀ ਹੈ, ਠੰਡ ਵੀ ਵੱਧ ਰਹੀ ਹੈਗੀ ਹੈ। ਰਾਤ ਦੇ ਵਿੱਚ 7 ਡਿਗਰੀ ਤੱਕ ਜਿਹੜਾ ਪਾਰਾ ਉਹ ਪਹੁੰਚ ਜਾਂਦਾ ਹੈਗਾ ਜਾਂ ਉਸ ਤੋਂ ਥੱਲੇ ਵੀ ਜਿਹੜਾ ਪਾਰਾ ਡਿੱਗ ਪੈਂਦਾ ਹੈਗਾ। ਤਾਂ ਇਸ ਵੇਲੇ ਗੱਲ ਕਰੀਏ ਤਾਂ 13 ਡਿਗਰੀ ਦਾ ਜਿਹੜਾ ਪਾਰਾ ਪਹੁੰਚਿਆ ਹੋਇਆ, ਪਰ ਧੁੰਦ ਜਿਹੜੀ ਉਹ ਪੈਣੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਸਵੇਰੇ ਵੀ ਸੰਘਣੀ ਧੁੰਦ ਹੈਗੀ ਸੀਗੀ ਤਾਂ ਵਿੱਚੋਂ ਧੁੰਦ ਜਿਹੜੀ ਉਹ ਘਟੀ ਹੈਗੀ ਸੀ, ਪਰ ਹੁਣ ਫਿਰ ਧੁੰਦ ਜਿਹੜੀ ਉਹ ਪੈਣੀ ਸ਼ੁਰੂ ਹੋ ਗਈ ਹੈ। ਲੋਕ ਲਾਈਟਾਂ ਚਲਾ ਕੇ ਰਸਤੇ 'ਤੇ ਜਾਂਦੇ ਹੋਏ ਨਜ਼ਰ ਆ ਰਹੇ ਹੈਗੇ ਆ। ਇਸ ਟਾਈਮ ਤੁਹਾਨੂੰ ਤਸਵੀਰ ਦਿਖਾ ਦੇਣਾ ਚਾਹੁੰਦੇ ਹਾਂ, ਅਸੀਂ ਇਸ ਟਾਈਮ ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਹੈਗੇ ਆ। ਇਹ ਜਿਹੜਾ ਰਸਤਾ ਹੈਗਾ ਜਲੰਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀਰਾ ਅਤੇ ਦਿੱਲੀ ਚੰਡੀਗੜ੍ਹ ਅਤੇ ਅੱਗੇ ਜਾ ਕੇ ਫਰੀਦਕੋਟ ਨੂੰ ਜਿਹੜਾ ਇਹ ਨਿਕਲਦਾ ਹੈਗਾ, ਔਰ ਲੋਕ ਆ ਰਹੇ ਹੈਗੇ ਆ, ਆਪਣੇ ਕੰਮਕਾਰ 'ਤੇ ਜਾ ਰਹੇ ਹੈਗੇ ਆ ਜਾਂ ਵਾਪਸ ਆ ਰਹੇ ਹੈਗੇ ਨੇ, ਕਿਉਂਕਿ ਕੰਮਕਾਰ ਵੀ ਕਾਫੀ ਜ਼ਰੂਰੀ ਹੁੰਦਾ। ਤਾਂ ਲੋਕ ਜਾ ਰਹੇ ਆ ਔਰ ਠੰਡ ਤੋਂ ਬਚਾਅ ਵਾਸਤੇ ਲੋਕ ਟੋਪੀਆਂ ਜੈਕਟਾਂ ਦਸਤਾਨੇ ਪਾ ਕੇ ਜਿਹੜੇ ਮੋਟਰਸਾਈਕਲ 'ਤੇ ਜਾ ਰਹੇ ਹੋ ਦਸਤਾਨੇ ਪਾ ਕੇ ਜਾ ਰਹੇ, ਕਿਉਂਕਿ ਠੰਡ ਜਿਹੜੀ ਹੈ ਕਾਫੀ ਵਧੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਲੋਈ ਦੀ ਬੁੱਕਲ ਵੀ ਮਾਰੀ ਹੋਈ ਹੈ ਔਰ ਜਿਹੜੇ ਆ ਰਹੇ ਹੈਗੇ ਜਾ ਰਹੇ ਹੈਗੇ ਦੂਸਰੀ ਸਾਈਡ ਤੋਂ ਵੀ, ਔਰ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਪਾਰਾ ਜਿਹੜਾ ਡਿੱਗਦਾ ਜਾ ਰਿਹਾ ਹੈਗਾ। ਮੌਸਮ ਵਿਭਾਗ ਦੇ ਵੱਲੋਂ ਵੀ ਪਹਿਲਾਂ ਹੀ ਕਿਹਾ ਗਿਆ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਜਿਹੜੀ ਹੈ ਸੰਘਣੀ ਧੁੰਦ ਜਿਹੜੀ ਹੈ ਉਹ ਪਵੇਗੀ। ਤਾਂ ਦੇਖਿਆ ਜਾਵੇ ਤਾਂ ਫਿਰੋਜ਼ਪੁਰ ਦੇ ਵਿੱਚ ਧੁੰਦ ਜਿਹੜੀ ਇਸ ਵੇਲੇ ਪੈਣੀ ਸ਼ੁਰੂ ਹੋ ਚੁੱਕੀ ਹੋਈ ਹੈ। ਰਸਤੇ 'ਤੇ ਲੋਕ ਆ ਜਾ ਰਹੇ ਹੈਗੇ ਆ ਔਰ ਠੰਡ ਤੋਂ ਬਚਾਅ ਦੇ ਲਈ ਜਿੱਥੇ ਅੱਗ ਸੇਕਦੇ ਹੋਏ ਨਜ਼ਰ ਆ ਰਹੇ ਹੈਗੇ ਆ ਉੱਥੇ ਹੀ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਦਾ ਕਹਿਣਾ ਹੈਗਾ ਕਿ ਅੱਗ ਬਾਲ ਕੇ ਜਿਹੜਾ ਉਹ ਅੱਗ ਠੰਡ ਤੋਂ ਬਚਾਅ ਕਰ ਰਹੇ ਹੈਗੇ ਨੇ, ਮੋਟੇ ਕੱਪੜੇ ਪਾਏ ਹੋਏ ਆ ਤਾਂ ਜਿਹਦੇ ਨਾਲ ਠੰਡ ਤੋਂ ਬਚਾਅ ਹੈਗਾ। ਪਰ ਠੰਡ ਜਿਹੜੀ ਆ ਉਹ ਲਗਾਤਾਰ ਵੱਧ ਚੁੱਕੀ ਹੈਗੀ ਹੈ, ਸੰਘਣੀ ਧੁੰਦ ਜਿਹੜੀ ਹੈ ਉਹ ਪੈ ਰਹੀ ਆ। ਲੋਕ ਆਪਣੇ ਵਹੀਕਲਾਂ 'ਤੇ ਲੋਕਾਂ ਦਾ ਕਹਿਣਾ ਹੈਗਾ ਜੇ ਜਾ ਰਹੇ ਹੈਗੇ ਆ ਤਾਂ ਰਫਤਾਰ ਘੱਟ ਹੋਣੀ ਚਾਹੀਦੀ ਹੈ, ਧਿਆਨ ਨਾਲ ਜਾਣਾ ਚਾਹੀਦਾ ਹੈਗਾ। ਕਿਆ ਨਾਮ ਹੈ ਜੀ ਆਪਕਾ? ਮੈਂ ਸੁਦੀਪ ਬੇਰਾ। ਸਰ ਠੰਡ ਕਿਤਨੀ ਹੈ? ਠੰਡ ਤੋਂ ਯਹਾਂ ਬਹੁਤ ਹੈ ਐਕਚੁਅਲੀ, ਦੇਖਾ ਜਾਏ ਤੋਂ ਹਿਸਾਬ ਸੇ ਬਹੁਤ ਠੰਡ ਬਹੁਤ ਹੈ। ਹਾਂ ਤੋ ਕੈਸੇ ਆਪਣਾ ਬਚਾਵ ਕਰ ਰਹੇ ਹੈ? ਬਚਾਵ ਤੋ ਐਸੇ ਹੈ, ਹਮ ਲੋਗ ਅਭੀ ਜੈਸੇ ਠੰਡ ਮੇਂ ਗਰਮ ਕਪੜਾ ਵਗੈਰਾ ਪਹਿਨ ਰਹਾ ਹੈ ਔਰ ਪਰਤ ਮੇਂ ਪਹਿਨ ਰਹਾ ਹੈ ਜੋ ਦੋ ਤਿੰਨ ਜੈਸੇ ਇਨਰ ਪਹਿਨ ਰਹਾ ਹੈ, ਫਿਰ ਉਸਕੇ ਬਾਅਦ ਸ਼ਰਟ ਉਸਮੇਂ ਦੋ ਤਿੰਨ ਪਰਤ ਮੇਂ ਹਮਨੇ ਕਪੜਾ ਪਹਿਨ ਰਹਾ ਹੈ ਬੜੀਆ। ਔਰ ਇਸ ਸਮੇਂ ਕੀ ਕਿਆ ਹਾਲਾਤ ਹੈ? ਹਾਲਾਤ ਤੋ ਪੈਕ ਹੈ, ਪੂਰਾ ਮੌਸਮ ਵਗੈਰਾ ਹੈ, ਕਾਮ ਕੁਮ ਹੋ ਨਹੀਂ ਰਹਾ ਹੈ ਜਿਸ ਹਿਸਾਬ ਸੇ ਰਫਤਾਰ ਪਕੜਨਾ ਥਾ ਕਾਮ ਕਾ, ਜੋ ਧੂਪ ਕੇ ਕਾਮ ਹੋਣੀ ਹੈ ਉਹ ਕਾਮ ਬਹੁਤ ਅਭੀ ਮਾੜੇ ਚੱਲ ਰਹਾ ਹੈ, ਮਤਲਬ ਥੋੜ੍ਹਾ ਸਾ ਕਿਆ ਮਾਰਕੀਟ ਵੀ ਡਾਊਨ ਹੋ ਰਖਾ ਹੈ। ਠੰਡ ਸੇ ਤੋ ਐਸੇ ਹੀ ਹੈ, ਗਰਮ ਪਾਣੀ ਵਗੈਰਾ ਪੀ ਰਹਾ ਹੈ ਔਰ ਗਰਮ ਖਾਣਾ ਵਗੈਰਾ ਹੈ ਔਰ ਆਪਣਾ ਜੋ ਅਭੀ ਮੌਸਮ ਕਾ ਲੋਹੜੀ ਆਉਣ ਵਾਲਾ ਹੈ ਤੋ ਉਸਮੇ ਕੀ ਉਹ ਤਿਲ ਤੁਲ ਉਹ ਆਪਣਾ ਜੋ ਗੁੜ ਵਗੈਰਾ ਮੂੰਗਫਲੀ ਵਗੈਰਾ ਉਹੀ ਸਭ ਖਾ ਰਹੇ, ਫਿਰ ਆਗ ਸੇਕ ਰਹਾ ਹੈ, ਗਰਮ ਕਪੜਾ ਵਗੈਰਾ ਪਹਿਨ ਰਿਹਾ, ਗਰਮ ਪਾਣੀ ਸੇ ਨਹਾਉਣਾ ਪੜ ਰਿਹਾ ਹੈ ਹੈ। ਬਾਕੀ ਤਾਜ਼ੇ ਤੋ ਤਾਜ਼ਾ ਤਾਜ਼ਾ ਪਾਣੀ ਸੇ ਨਹਾ ਨਹੀਂ ਸਕਦੇ ਔਰ ਹਾਂ ਘਰ ਮੇਂ ਵੀ ਸੌਕਸ ਪਹਿਨ ਕੇ ਚੱਲਣਾ ਪੜ ਰਿਹਾ ਹੈ ਫਰਜ਼ ਮੇਂ, ਹਾਂ ਇਹੀ ਹੈ ਐਸੇ ਹੀ। ਜੀ ਠੰਡ ਕਿੰਨੀ ਕੁ ਪੈ ਰਹੀ ਹੈ? ਬਹੁਤ ਜ਼ਿਆਦਾ ਠੰਡ ਹੈ, ਕੰਮ ਹੀ ਨਹੀਂ ਹੈਗਾ, ਕੀ ਕਰੀਏ। ਕਦੋਂ ਦੀ ਠੰਡ ਪੈਣੀ ਸ਼ੁਰੂ ਹੋਈ ਹੈ? ਇਹਨੂੰ ਮਹੀਨਾ ਹੋ ਗਿਆ, ਡੇਢ ਢਾਈ ਮਹੀਨੇ ਹੋ ਗਏ। ਲਗਾਤਾਰ ਵੱਧ ਰਹੀ ਹੈਗੀ ਹੈ? ਹਾਂਜੀ ਬਹੁਤ ਜ਼ਿਆਦਾ ਠੰਡ ਵੱਧ ਰਹੀ ਹੈ। ਅੱਜ ਦੇ ਕੀ ਹਾਲਾਤ ਹੈ? ਅੱਜ ਦੇ ਬਹੁਤ ਹਾਲਾਤ ਮਾੜੇ ਨੇ, ਸਵੇਰ ਤਾਂ ਇਹ 7 ਵਜੇ ਦੇ, ਸਵੇਰ ਤਾਂ ਸੋਈ ਵੇਲੇ 100 ਰੁਪਇਆ ਵੱਟਿਆ ਅਤੇ ਬੈਠੇ ਹੋਏ, ਕੰਮ ਵੀ ਨਹੀਂ ਹੈਗਾ, ਵਿਹਲੇ ਬੈਠੇ ਹਾਂ, ਬਿਲਕੁਲ ਹੀ ਵਿਹਲੇ ਬੈਠੇ ਹਾਂ ਸਰ। ਧੁੰਦ ਪੈਣੀ ਸ਼ੁਰੂ ਹੋ ਗਈ ਹੈ? ਹਾਂਜੀ ਉਹ ਵੇਖ ਲਓ ਤੁਹਾਡੇ ਸਾਹਮਣੇ ਧੁੰਦ ਕਿੰਨੀ ਸ਼ੁਰੂ ਹੋ ਗਈ ਹੈ। ਤਾਂ ਕਿਵੇਂ ਬਚਾਅ ਕਿਵੇਂ ਕਰ ਰਹੇ ਹੋ ਆਪਣਾ? ਅੱਗ ਸੇਕ ਰਹੇ ਹੋ ਜਾਂ ਮਾੜੀ ਮੋਟਾ ਬਸ
ਗੁਜ਼ਾਰਾ ਕਰੀ ਜਾਂਦੇ ਹਾਂ। ਤਾਂ ਜਿਹੜੇ ਲੋਕ ਰਸਤੇ 'ਤੇ ਚੱਲਦੇ ਹੁੰਦੇ ਆ ਧੁੰਦ ਦੇ ਵਿੱਚ, ਉਹਨਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਹੈਗਾ? ਉਹਨਾਂ ਨੇ ਧੰਦ ਇਹੀ ਰੱਖਣਾ ਚਾਹੀਦਾ ਕਿ ਅੱਗੋਂ ਕੋਈ ਚੀਜ਼ ਨਾ ਆਵੇ, ਆਪਦਾ ਸਾਈਡ 'ਤੇ ਹੋ ਕੇ ਚੱਲਣ। ਹਾਂਜੀ, ਰਫਤਾਰ ਘੱਟ ਰੱਖਣ। ਹਾਂਜੀ ਬਿਲਕੁਲ ਸਹੀ।